असलकुम मैं मलिक माजिद तुम हो अपना यूट्यूब चैनल माजिद मलिक काफ़ी डी थी कि मैं दोस्तों जरा मंजर आम तू गैब आम को लोग चाह गए जेडे जो अजक हवा चलती पी ना कि जरा सही गल करे गैप कर देते हैं मैं इस तरह की वैसे कोई चंकी गाल तो कै नहीं की लेकिन वैसे मेरे को चाह गए पता नहीं क्या ਮੈਂ ਵਾਪਸ ਆਇਆ ਤਾਂ ਮੇਰੇ ਕੋਲ ਲੱਗਿਆ ਕਿ ਪਾਕਿਸਤਾਨ ਦੇ ਵਿੱਚ ਨਾ ਬਿਜਲੀ ਦੀ ਲੋਡ ਸ਼ੈਡਿੰਗ ਬਹੁਤ ਜ਼ਿਆਦਾ تھی ਗਈ ਹੈ ਤੇ ਹਾਲਾਨਾ ਕਿ ਹੁਣ ਸਰਦੀਆਂ ਵੇ ਨਹੀਂ ਆਪੇ ਸਰਦੀਆਂ ਦੇ ਵਿੱਚ ਇਸ ਤਰ੍ਹਾਂ ਦੀ ਲੋਡ ਸ਼ੈਡਿੰਗ ਦਾ ਕੋਈ ਤੋਕ ਹੀ ਨਹੀਂ ਬਣਦਾ ਗਰਮੀਆਂ 'ਚ ਵੀ ਇਤਨੀ ਲੋਡ ਸ਼ੈਡਿੰਗ ਕਾ ਨਾ ਹੁੰਦੀ ਆਈ ਤੇ ਇਹ ਲੋਡ ਸ਼ੈਡਿੰਗ ਭਾਈ ਸਾਹਿਬ ਕੋਈ ਜ਼ਿਆਦਾ ਅਰਸੇ ਵਾਸਤੇ ਕੋਈ ਨਹੀਂ ਉਹ ਕੋਈ ਮਹੀਨਾ ਇੱਕ ਸਬਰ ਕਰਨਾ ਪੋਸੀ ਜਿਹੜੇ ਵੇਲੇ ਇਲੈਕਸ਼ਨ ਥੀ ਵੈਸੇ ਉਦੋਂ ਬਾਅਦ ਲੋਡ ਸ਼ੈਡਿੰਗ ਬਿਲਕੁਲ ਹੀ ਸੈੱਟ ਥੀ ਵੈਸੀ ਕਿਉਂਕਿ ਲੋਡ ਸ਼ੈਡਿੰਗ ਬਿਜਲੀ ਦੀ ਕਮੀ ਜਾਂ ਕੋਈ ਪਾਵਰ ਪਲਾਂਟਸ ਜਾਂ ਗੈਸ ਦੀ ਕਮੀ ਦੀ ਵਜ੍ਹਾ ਕੋਈ ਨਹੀਂ ਇਹ ਮਸਨੂਈਏ ਇਹ ਖੋਦੀ ਲੋਡ ਸ਼ੈਡਿੰਗ ਕੀਤੀ ਗਈ ਹੈ ਤਾਂ ਕਿ ਪੀਪੀ ਤੇ ਨੌਨ ਲੀਗ ਕੋ ਮੌਕਾ ਦਿੱਤਾ ਵਜੇ ਕੈਂਪੇਨ ਕਰਨ ਵਾਸਤੇ ਕੋਈ ਇਨ੍ਹਾਂ ਦਾ ਬਿਆਨੀਆਂ ਬਣਾਇਆ ਵਜੇ ਤੇ ਉਹ ਬਿਆਨੀਆਂ ਬਣਾਉਣ ਵਾਸਤੇ ਇਨ੍ਹਾਂ ਨੇ ਕਹਿ ਕੇਤੀ ਹੋਈ ਹੈ ਇਹ ਲੋਡ ਸ਼ੈਡਿੰਗ ਸ਼ੁਰੂ ਕੀਤੀ ਹੋਈ ਹੈ ਤੇ ਇਹ ਹੁਣ ਤਕਰੀਬਨ ਕੋਈ ਮਹੀਨਾ ਰਹਿ ਗਿਆ ਕਿਉਂਕਿ ਇਹ ਜਨਵਰੀ ਦਾ ਮਹੀਨਾ ਸਟਾਰਟ ਹੈ ਤੇ 8 ਫਰਵਰੀ ਕੋ ਇਲੈਕਸ਼ਨ ਨੇ ਤੇ ਕੁਝ ਦਾ 15 ਡੀਬੇ ਪਾਕ ਦੇ ਮਹੀਨਾ ਥੀ ਵੈਸੀ डेढ़ महीने बाद लोड शेडिंग हो सी बात यह सारी चीज़ ना नॉर्मल चा आवे सन क्योंकि जेडे साढ़े मुहब्बे वतन सियासतदान हैं ना माशाल्लाह बड़े मुहब्बे वतन हैं ये वास्तम का ख्याल रखे रखेंगे तो इन्होंने को पता है असा कोई नवी चीज़ है इन्होंने को दे नहीं सकते ही वास्तव जीज़ आलरेडी जिमें बिजली थी गई गैस है भी पेट्रोल महंगा कर दो ये चीज़ें शार्ट कर दो शार्ट करने बाद शार आवाम क्योंकि बिजली तो गैस बगैर तो रह नहीं सकती ते वाल करने ते 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 सर, तो वाल जिले कंपेन कर वैसो आवाम अक्स सब कुछ बिजली जी लोड शेडिंग ख़त्म की गैस की लोड शेडिंग जी खत्म की जाए या गैस मुहैया की जाए तो उन्होंने बिहारियाँ मिल रहे तो वाल वो क्या वह बिहानिया उन्होंने यो बनावने के असर बिजली शेडिंग खत्म कर देशों तो गैस की लोड शेडिंग भी खत्म कर दिएसूँ तो यह सर नू लीकू माशाला वास्तव इकतदार गिन के आवने मियाँ साहब जे पिछले पाँच साल ਮਾਸ਼ਾਅੱਲਾ ਹੁਣ ਉਹ ਮੁਹੱਬੇ ਵਤਨ ਬਣ ਗਏ ਉਹ ਇੱਕ ਐਸੀ ਮਸ਼ੀਨ ਹੈ ਉਹਦੇ ਵਿੱਚੋਂ ਗੁਜ਼ਾਰੇ ਦੇ ਉਹ ਇਮਾਨਦਾਰ ਵੀ ਠੀਕ ਹਨ ਤੇ ਸਾਦਿਕ ਵੀ ਠੀਕ ਹਨ ਤੇ ਹੁਣ ਜਿਹੜੇ ਨਿਆਜ਼ੀ ਸਾਹਿਬ ਹਨ ਮੁਰਸ਼ਿਦ ਜੀ ਕੋ ਆਦਨ ਉਹ ਪਿਛਲੇ ਸਾਲਾਂ ਇਮਾਨਦਾਰ ਦੇ ਸਾਦਿਕ ਹਨ ਪੀਏ ਤੇ ਹੁਣ ਮਾਸ਼ਾਅੱਲਾ ਉਹ ਗਦਾਰ ਠੀਕ ਹਨ ਤੇ ਇਹ ਹੁਣ ਨਵਾਜ਼ ਸ਼ਰੀਫ ਜਿਹੜਾ ਕੋਈ ਦੋ ਚਾਰ ਸਾਲ ਹਕੂਮਤ ਕਰੇ ਸੀ ਵੱਲ ਉਹਨਾਂ ਤੋਂ ਬਾਅਦ ਇਹ ਉਮੀਦ ਹੈ ਕਿ ਗਦਾਰ ਥੀ ਵੈਸੀ ਜਗ ਕੋਈ ਨਿਆ ਲੀਡਰ ਜਿਸ ਤਰ੍ਹਾਂ ਬਿਲਾਵਲ ਬੁੱਟੋ ਹੈ ਉਹ ਵੀ ਆਦੇਨਾ ਕਿ ਮੇਰੇ ਕੋਲ ਲੈਵਲ ਪਲੇਇੰਗ ਫੀਲਡਤੀ ਵੰਜੇ ਤੇ ਇਨਾਂ ਦੇ ਲੈਵਲ ਪਲੇਇੰਗ ਫੀਲਡ ਦਾ ਮਤਲਬ ਇਹ ਹੁੰਦੇ ਕਿ ਹੁਣ ਸਾਗੂ ਹਕੂਮਤ ਦਿੱਤੀ ਵੰਜੇ ਕਿਉਂਕਿ ਨੌਨ ਲੀਗ ਵੀ ਪਹਿਲੇ ਹਕੂਮਤ ਕਰ ਚੁੱਕੀ ਤੇ ਰੈਂਜ ਵਾਲ ਪੀਡੀਆ ਨੇ ਵੀ ਕਰ ਗਿੱਦੀ ਏ ਤੇ ਹੁਣ ਰੈਗਨ ਬਿਲਾਵਲ ਸਾਹਿਬ ਜੇ ਭੁੱਟੋ ਤੇ ਉਹ ਹੁਣ ਹਕੂਮਤ ਵੈਸੇ ਉਹਨਾਂ ਦੀ ਬਣਦੀ ਏ ਅਗਰ ਕੁਰ ਅੰਦਾਜ਼ੇ ਦੇ हिसाब ਨਾਲ ਜੇ ਮਿਲਦੀ ਹਕੂਮਤ ਲੇਕਿਨ ਹੁਣ ਇਨਾਂ ਨੇ ਮੇਰੇ ਕੋਲ ਲੱਗਦੇ ਕਿ ਇਹ ਮੀਆਂ ਸਾਹਿਬ ਨੇ रेड ज्यादा ला दीते इन वास्ते हूँ हुकूमत फिलहाल इनाओ को मिलती पी है तो उम्मीद है कि अगले साल वाल बिलावल साहब को दिते वैसे ताकि ताकि मुल्क की खिदमत करन जिमें सिंध को तरक्की दी है उन्होंने पैरिस बनाए इमें ही पूरे पाकिस्तान को पैरिस बने सन बाकी तुसा दोस्त उस बेहतर जानते हो सबको ज़्यादा अच्छा पता उसके कि वोट देने के कु नहीं देना तो जो वोट देना चाहते वे तो मेरे को लगता इन्होंने वो निशान ही खत्म कर लेने जो हालात चलते पे ना ਉਕੇ ਆਵਾਮ ਤਾਂ ਖੜੀ ਏ ਬੱਲੇ ਦੇ ਨਾਲ ਤੇ ادارے ਖੜਨ ਛੇਰ ਦੇ ਨਾਲ ਤੇ ਹੀ ਵਾਸਤੇ ਤੁਸੀਂ ਜੇ ਕੋ ਵੋਟ ਦੇਉਣੇ ਉਹ ਤਰ ਨਿਸ਼ਾਨੀ ਕਹਿਣਾ ਹੋਸੀ ਉਮੀਦ ਹੈ ਕਿ ਉਹ ਖਤਮ ਹੋ ਹੋਸੀ ਤੇ ਅਗਰ ਹੋਇਆ ਵੀ ਸਹੀ ਤਾਂ ਹਾਲਾਤ ਪਤਲੇ ਹੀ ਹਨ ਮੈਂ ਅਦਾ ਸਰਦੀ ਬੜੀ ਏ ਤੇ ਸਵੜ ਪਾ ਕੇ ਸੁਮੋ ਆਲੀ